ਸਮੰਦੂਰ ਸਾਹਿਬ ਦਾ ਇੱਕ ਵਾਕਿਆ ਮੈਂ ਸੁਣਿਆ ਸੀ ਕਿ ਸ਼ੋਅ ਕਰ ਰਹੇ ਸੀ ਉਸਤਾਦ ਸਾਹਿਬ, ਉੱਥੇ ਕੋਈ ਛਾਪਾ ਛੁਪਾ ਪੈ ਗਿਆ ਪੁਲਿਸ ਆ ਗਈ, ਉਸਤਾਦ ਉਰੇ ਨਿਕਲ ਗਏ। ਅੱਗੇ ਗਏ ਤੇ ਇੱਕ ਨਾ ਦੋ ਬਜ਼ੁਰਗ ਸੁੱਤੇ ਪਏ ਸੀ ਬੈਠਕ ਮਾਲਕ ਜਿਹੜੇ ਨਾ ਘਰ ਦੇ ਉਹ ਗਏ ਹੋਏ ਨੇ ਦਾਨ ਦਾ ਪੀਛਾ ਕਰਨ, ਅਸੀਂ ਵੀ ਸੁੱਤੇ ਪਏ, ਅਸੀਂ ਵੀ ਰੋਟੀ ਖਾਣੀ, ਉਹ ਆ ਜਾਂਦੇ ਸਾਨੂੰ ਵੀ ਦੇਣਗੇ ਤੇ ਤੁਸੀਂ ਵੀ ਖਾ ਲੈਣ, ਉਹ ਚਾਰ ਪਈਆਂ ਪਈਆਂ ਤੇ ਤੁਸੀਂ ਉੱਥੇ ਪੈ ਜੋ ਲੰਬੇ। ਉਸਤਾਦ ਵੀ ਬਹਿ ਗਏ ਤੇ ਬਜ਼ੁਰਗ ਚ ਉਹਨਾਂ ਨੀਂਦ ਆ ਗਈ। ਉਸਤਾਦ ਸਾਹਿਬ ਸਨ ਤੇ ਉਸਤਾਦ ਦੇ ਨਾਲ ਇਹਨਾਂ ਦੇ ਦੋਸਤ ਸਨ ਅਨਵਰ ਫਿਰੋਕਾ ਜਿਹੜਾ ਹੁਣ ਮੌਲਵੀ ਹੈ ਇਸ ਦਾ। ਹਾਂ ਮਾਸ਼ਾਅੱਲਾ ਜੀ। ਤੇ ਉਸਤਾਦ ਨੇ ਉਹਨੂੰ ਕਿਹਾ ਯਾਰ ਇੱਕ ਮੇਰੀ ਗੱਲ ਜ਼ਿਹਨ ਚ ਆਈ ਹੈ ਵੀ ਉਹ ਲੋਟਾ ਪਾਣੀ ਦਾ ਪਿਆ ਤੇ ਜ਼ਰਾ ਬਜ਼ੁਰਗਾਂ ਨਾਲ ਗੱਪ ਲਾ ਲਈ। ਅੱਛਾ ਇਹ ਬਜ਼ੁਰਗ ਕਹਿੰਦੇ ਬਾਬਾ ਜੀ ਉੱਥੋਂ ਤਾਂ ਰੋਟੀ ਆ ਗਈ, ਹਾਂ ਦੋ ਲੋ ਰੋਟੀ ਆ ਗਈ। ਉਹਨਾਂ ਨੇ ਹੱਥ ਧੋ ਲਿਆ, ਇਹ ਆ ਕੇ ਬਹਿ ਗਏ ਬਾਬੇ ਨੂੰ, ਫਿਰ ਨੀਂਦ ਆ ਗਈ। ਫਿਰ ਅੱਧੇ ਘੰਟੇ ਬਾਅਦ ਬਾਬਾ ਜੀ ਉੱਤੋਂ ਰੋਟੀ ਆ ਗਈ, ਹੱਥ ਧੋ ਲਓ। ਉਹਨਾਂ ਹੱਥ ਧੋਤੇ, ਫਿਰ ਜਨਾਬ ਉਸਤਾਦ ਜਾ ਕੇ ਬਹਿ ਗਏ। ਉਹਨੇ ਤੱਕ ਅਸਰ ਕਰ ਲਿਆ ਗਿਆ, ਉਹ ਤਿੰਨ ਚਾਰ ਵਾਰੀ ਹੱਥ ਧੋਤੀ ਪਿਆ ਸੀ, ਹੁਣ ਅਸਰ ਕਰ ਲਿਆ ਗਿਆ ਜਨਾਬ। ਤੇ ਉਹਨਾਂ ਨੇ ਪਹਿਲੇ ਰਿਵਾਜ ਸਨ ਹੱਥ ਧੁਆਉਂਦੇ ਸੀ, ਫਿਰ ਰੋਟੀ ਦਿੰਦੇ ਸੀ। ਲੈ ਜੀ ਉਹਨਾਂ ਨੇ ਇੱਕ ਬੱਚੇ ਨੇ ਲੋਟਾ ਫੜਿਆ ਹੋਇਆ ਤੇ ਹੱਥ ਧੁਆਉਣ ਵਾਸਤੇ, ਪਿੱਛੋਂ ਰੋਟੀ ਆ ਰਹੀ। ਜਵਾਨ ਮੁੰਡੇ ਨੇ ਕਿਹਾ ਚਾਚਾ ਜੀ ਉੱਠੋ ਹੱਥ ਧੋ ਲਓ, ਰੋਟੀ ਆ ਗਈ। ਬਾਬਾ ਡਾਂਗ ਲਈ ਪਿਆ, ਰੋਟੀ ਖਾ ਲਈ ਤੇ ਪੈ ਗਈ ਲੜਾਈ। ਉਧਰ ਲੜਾਈ ਪੈ ਗਈ, ਇਹਨਾਂ ਨੇ ਪਿਛਲੇ ਕੋਲ ਰੋਟੀ ਲੈ ਲਈ। ਮੈਂ ਕਿ ਤੁਸੀਂ ਆਇਸ਼ ਕਰੋ ਮੇਰਾ। ਕੋਈ ਹੋਰ ਐਸਾ ਵਾਕਿਆ ਹੋਇਆ? ਬੜੇ ਵਾਕਿਆ ਹੋਏ। ਮੇਰੇ ਗਵਾਂਢੀਆਂ ਦੀ ਮੁਰਗੀ ਖੜੀ ਗਈ ਮੈਂ। ਬਸ਼ੀਰਾ ਪਾਵਲੀ ਆਈ। ਅੱਛਾ ਜੀ। ਉਹ ਜਨਤ ਨਸੀਬ ਕਰੇ ਉਹਦੇ ਪੁੱਤਰ ਵੀ ਆਉਣਾ ਇਸ ਟਾਈਮ, ਬੜੇ ਜੀਵਾਲ ਨੇ ਮੇਰੇ ਦੋਸਤ ਨੇ ਉਹ। ਹਾਂ ਰੋਜ਼ ਕੋਠੇ ਤੇ ਚੜ ਜਾਵੇ ਬੱਜਾ, ਸਾਡੀ ਕੁੱਕੜ ਲੁਕਾਈ ਹੈ ਨਾ, ਉਹ ਕੁੱਕੜ ਉਹਦੇ ਕੁੱਲਾ ਤੇ ਲੱਗੇ, ਉਹਦੀ ਮਾਂ ਤੇ ਲੱਗੇ, ਉਹਦੇ ਪਿਓ ਤੇ ਲੱਗੇ, ਯਾਨੀ ਕਿ ਬਾਦ ਦੁਆਈ ਦੇ ਹੁਣ ਬਣੀ ਹੈ ਤੇ ਸੁਣੀ ਤੇ ਸਾਨੂੰ ਆ ਪਿਆ ਸੀ ਜੁਗਾੜ ਜਵਾਟਾ। ਮੈਂ ਇੱਕ ਦੀਵਾਰ ਉਹਨਾਂ ਨੂੰ ਆਖਿਆ ਜੀ ਮੈਂ ਕੁੱਕੜ ਤੋਂ ਲੱਭ ਦੇਵਾ ਤੇ ਮੈਨੂੰ ਕੀ ਦੱਸੋ। ਉਹ ਆਖੇ ਦਾਰ ਹੋਈ ਦਾਰ ਪੇ ਉਹਦਾ ਬੜਿਆ। ਮੈਂ ਕਈ ਤਰ੍ਹਾਂ ਦੀ ਤਾਂ ਕੁੱਕੜ ਨਹੀਂ ਜਿਸ ਤਰ੍ਹਾਂ ਤੁਸੀਂ, ਉਸ ਆਖਿਆ ਨਹੀਂ ਕੁੱਕੜ ਸਾਡੀ ਨਸਲ ਆ ਗਈ। ਮੈਂ ਜਿਦਾਰ ਮੈਂ ਪਾਇਆ ਲੈ ਜੇ ਵਿੱਚ ਪਾਇਆ। ਮੈਂ ਉਹਨਾਂ ਨੂੰ ਆਖਿਆ ਜੀ ਫਲਾਣਾ ਜਿਹੜਾ ਮਾਰ ਵਰਿਆਮ ਵਾਲਾ ਬਨਵਾੜ ਹੈ ਨਾ ਉਹਦੇ ਹੱਥ ਵਿੱਚ ਪਾ ਗਿਆ ਤੇ ਮੈਂ ਵੇਖਿਆ ਤੇ ਮੈਂ ਉਹ ਕੁੱਕੜ ਪਏ ਆਈ ਮੱਤੀਆਂ ਤੋਂ ਬਾਅਦ। ਹਾਂ ਜੀ ਮੱਤੀ ਆ ਮੈਂ ਡਕੋਸਲਾ ਮਾਰ ਮੈਂ ਜੀ ਉਹਨਾਂ ਤੇ ਤੂੰ ਪਹਿਲੇ ਜਾ ਕੇ ਨਾ ਉਸ ਬਨਵਾੜ ਦੇ ਲੋਕ ਤੇ ਪੈ ਗਏ। ਮੈਂ ਜੀ ਗਾੜ ਹਲਾਈ ਨਾ ਬੜੀ ਵੱਡੀ ਗਾੜਾ ਬਨਵਾੜ ਦੀ। ਉਹਨਾਂ ਆਖਿਆ ਬਾਬਾ ਆ ਉੱਥੇ ਕੁੱਕੜ ਪਈ ਹੈ। ਉਹਨਾਂ ਕੀਤੀ ਖੋੜ ਤੇ ਮੈਂ ਤਾਂ ਮੈਂ ਦਾ ਰੁਪਏ ਨੀ ਬਚਾ ਬੜਿਆ। ਮੈਂ ਕਿਤੇ ਉਹਨਾਂ ਕੇ ਬਾਬਾ ਪਰੂ ਹੋਇਆ ਉਹਨਾਂ ਦੇ ਇੰਨੇ ਇੰਨੇ ਵੱਟੇ ਜਾ ਰਹੇ। ਕੋਈ ਵੱਟਾ ਮੇਰੇ ਕੰਨ ਨਾਲ ਟੱਪ ਜਾਵੇ, ਕੋਈ ਨੱਕ ਨਾਲ ਟੱਪ ਜਾਵੇ, ਕੋਈ ਸਿਰ ਤੋਂ ਟੱਪ ਜਾਵੇ। ਮੈਂ ਕਿਹਾ ਹਾਂ ਮਰਦਾ ਵਾ ਮੋੜ ਮੈਂ ਅੱਗਾ ਥੋੜਾ ਜਿਹਾ ਹੋਰ ਫਸ ਜਾਵਾਂ। ਉਹ ਤੋਂ ਬਾਅਦ ਆਈ ਗਾੜਾ ਵਾ ਕੁੱਕੜ ਬੜੀ ਤੇਜ਼ ਦੇ ਆਏ ਹੁਣ ਤਾਂ ਇੱਥੇ ਪਈ ਆਏ ਤੇ ਆ ਕੇ ਨਿਕਲੀ ਬਾਬਾ ਪਰੂ ਤੂੰ ਹੋਇਆ ਉੱਥੋਂ ਮੈਂ ਮੋੜ ਤੇ ਕਰਾਂ
ਪਾਬਲੀ ਦੇ ਤੀਜੀ ਪੱਕੀ ਦੀ ਪਾਈ ਆ ਵੇਖ ਲਾ ਨਿਸ਼ਾਨ ਹਾਲੇ ਵੀ ਆ ਨਿਸ਼ਾਨ ਹਾਲੇ ਵੀ ਉਹਦੀ ਪੱਕੀ ਢੀਪ ਠੋਕੀ ਆ ਮੈਨੂੰ ਆ ਛੁੱਟੀ ਮੈਂ ਉਹ ਆ ਜੇ ਮੈਂ ਉੱਠੀ ਕਰੋ ਤੋ ਉਹ ਮੈਂ ਕਿਹਾ ਕੁੱਤੀ ਦੇ ਪੁੱਤਰੋ ਮੈਨੂੰ ਮਾਰ ਖਤੇ ਉਹ ਮੇਰਾ ਸਿਰ ਪਾਰ ਜਦੋਂ ਉਹਨਾਂ ਕੇ ਤੇ ਸਾਡੀ ਕੁੱਕੇ ਮੈਂ ਆਖਿਆ ਹੁਣ ਮੈਥੋਂ ਮੇਰੀ ਟੱਪ ਗਈ ਨੇ ਮੈਂ ਘਰ ਆ ਕੇ ਉਹਨਾਂ ਵਿੱਚ ਕਛ ਹੋਵੇ ਤਾਂ ਨਾ ਬੋਲੇ ਸ਼ਾਮ ਤੋਂ ਇੱਦਾਂ ਬਦਲ ਬੱਤੇ ਦਮੀ ਨਾਲ ਮੇਰੇ ਕੋਲ ਆਇਆ ਬੈਠੇ ਆ ਮੈਂ ਨੂਰ ਜੇ ਸਿਰ ਤੂੰ ਹਾਏ ਉਸ ਕੁੱਕੇੜੀ ਹਾਏ ਤੇ ਜੇ ਸਿਰ ਤੂੰ ਮਿੱਟੂ ਨਿਕਲਿਆ ਨਾ ਕੁੱਕੇੜ ਬੋਲੀਏ ਨਾ ਕਾਈ ਘਾੜ ਹੱਲੀਏ ਇਹ ਰੋਲਾ ਕੀ ਆਏ ਮੈਂ ਕਿਹਾ ਮੈਂ ਤੁਹਾਡਾ ਪਿਓ ਮੈਂ ਕਿਹਾ 1000 ਰੁਪਏ ਪਛਾ ਮੈਂ ਆਇਆ ਬਸ ਕੀ ਬਾਤ ਹੈ ਜ਼ਮਾਨੇ ਹੋਏ ਹੁੰਦੇ ਸੀ ਹਾਂ ਜ਼ਮਾਨੇ ਹੋ ਪਹਿਲੇ ਦੌਰ ਸੀਗੇ ਹਾਂ ਹੁਣ ਤੇ ਜ਼ਮਾਨਾ ਹੀ ਨਹੀਂ ਰਿਹਾ ਹੁਣ ਤਾਂ ਜ਼ਮਾਨਾ ਤਾਂ ਜ਼ਮਾਨਾ ਹੁਣ ਡਾਕਟਰ ਜ਼ਮਾਨਾ ਹੀ ਨਹੀਂ ਰਿਹਾ ਕੋਈ ਨਾ ਕੋਈ ਹੁਣ ਤਾਂ ਡਾਕਟਰ ਦਾ ਹੀ ਜ਼ਮਾਨਾ ਖਤਮ ਹੋ ਗਿਆ ਹੁਣ ਤਾਂ ਮਰੀਜ਼ ਤੁਸੀਂ ਵੀ ਸੁਣਾ ਰਹੇ ਮਰੀਜ਼ ਪਿੱਛੋਂ ਹੁੰਦਾ ਤਾਂ ਆਂਦੇ ਨੇ ਟੀਵੀ ਅੱਛੀ ਜੀ ਉਸਤਾਦ ਮਤਲਬ ਕੋਲ ਮੈਂ ਆਇਆ ਅੱਛਾ ਸਟਾਰਟਿੰਗ ਤੁਸੀਂ ਕਿਵੇਂ ਕੀਤੀ ਸਟਾਰਟਿੰਗ ਕੀਤੀ ਬਸ ਅਸੀਂ ਉੱਥੋਂ ਆਏ ਪਠਾਨ ਜੈਨ ਮਲਿਕ ਸਾਹਿਬ ਮਿਲੇ ਔਰ ਅਬਾਸ ਕਾ ਪਠਾਨ ਕਿਆ ਬਾਤ ਹੈ ਸਾਡੇ ਬੜਾ ਕੰਮ ਕਰਦੇ ਸੀ ਅਸੀਂ ਬਗੈਰ ਨਾਸ਼ਤੇ ਤੋਂ ਤੇ ਤਕਰੀਬਨ ਰਾਤੀ 10 ਵਜੇ ਆ ਕੇ ਖਾਣਾ ਖਾਣਾ ਦੋ ਰੋਟੀ ਤਕਰੀਬਨ ਖਾ ਕੇ ਜਾਂਦੇ ਸੀ ਦੋ ਰੋਟੀ ਪੂਰਾ ਦਿਨ ਤੇ ਪਾਣੀ ਵੀ ਉੱਥੇ ਮੁਸ਼ਕਿਲ ਬੜਾ ਮੁਸ਼ਕਿਲ ਜੰਗਲ ਦੇ ਵਿੱਚ ਤੇ ਉਹ ਬੰਦਾ ਕਹਿੰਦਾ ਸੀ ਬਸ ਕੰਮ ਹੀ ਕਰੀ ਜਾਓ ਖਾਣਾ ਖਾ ਲੈਂਦੇ ਆ ਤੇ ਕਿਧਰੋਂ ਫਿਰ ਚੰਗਾ ਚੰਗਾ ਹੀ ਲੱਭਦਾ ਸੀ ਉਹ ਵੀ ਪਰਾ ਘਰੋਂ ਲੱਭਦਾ ਸੀ ਆਪਣੇ ਕੋਲ ਤੋਂ ਟਿੱਡੇ ਖਾ ਲੈਂਦੇ ਨਹੀਂ ਭੁੱਲਦੇ ਉਹ ਦਿਨ ਜੀ ਸਾਡਾ ਚੈਨਲ ਨੂੰ ਆਪ ਕੀਤਾ ਜਿਹਦੇ ਉੱਤੇ 15-16 ਲੱਖ ਰੁਪਏ ਹਰ ਮਹੀਨੇ ਨੂੰ ਆ ਰਿਹਾ ਹੈ ਜੀ ਬਲਕਿ ਬੰਦੇ ਚ ਹਯਾ ਹੋਣਾ ਚਾਹੀਦਾ ਅਕਲ ਪਾਵੇ ਕੇ ਇਨ੍ਹਾਂ ਬੰਦਿਆਂ ਨੇ ਸਾਡੇ ਚੈਨਲ ਨੂੰ ਆਪ ਕੀਤਾ ਤੇ ਅੱਜ ਉਹ ਵੇਖ ਲਾ ਉਹ ਗੱਡੀਆਂ ਤੇ ਚੜੇ ਵਧੇ ਮਾਰੇ ਕੋਲ ਅੱਲਾ ਦੇਵੇਗਾ ਇਨਸ਼ਾਅੱਲਾ ਗੱਡੀ ਹੁਣ ਤੁਹਾਡੀ ਆਈ ਬਸ ਬਸ ਨੇ ਇਸ ਲਾਕਡਾਊਨ ਖਤਮ ਹੋਣਾ ਤੁਹਾਡੇ ਕੋਲ ਐ ਗੱਡੀ ਹੋਣੀ ਲਾਕਡਾਊਨ ਫਿਰ ਟੈਨਸ਼ਨ ਬਣੇਗੀ ਉਹ ਕੋਈ ਅੱਲਾ ਖੈਰ ਕਰੇਗਾ ਅੱਲਾ ਬਿਹਤਰੀ ਕਰੇਗਾ ਇਨਸ਼ਾਅੱਲਾ ਇਹ ਫਿਰ ਹੁਣ ਦਿਨ ਜ਼ਿੰਦਗੀ ਦੇ ਵਿੱਚ ਹਰ ਦਿਨ ਵੇਖਣਾ ਪੈਂਦਾ ਅਸੀਂ ਤਾਂ ਹਕੂਮਤ ਦੇ ਪਿੱਛੇ ਆ ਜਿਵੇਂ ਜਿਵੇਂ ਹਕੂਮਤ ਸਾਨੂੰ ਕਵੇ ਜਾਂ ਅਸੀਂ ਉਹਨਾਂ ਦੀ ਮੰਨਣੀ ਬਈ ਤੁਸੀਂ ਸਾਨੂੰ ਕਹੋ ਭਾਈ ਹਕੂਮਤ ਵਾਲੇ ਬਈ ਫਰਕਾ ਬਰਾਦਰੀ ਪੁੱਠੇ ਹੋ ਜਾਓ ਅਸੀਂ ਪੁੱਠੇ ਹੋ ਜਾਵਾਂਗੇ
ਉਹਨਾਂ ਸਾਨੂੰ ਖੜਿਆ ਕਰਨ, ਅਸੀਂ ਖੜੇ ਹੋ ਜਾਵਾਂਗੇ। ਇਹ ਤਾਂ ਉਹਨਾਂ ਦੀ ਮਰਜ਼ੀ ਦੀ ਗੱਲ ਹੈ, ਹਕੂਮਤ ਦੀ ਜੋ ਕੁਝ ਕਰਨ ਉਹਨਾਂ ਦੇ ਹੱਥ ਦੇ ਵਿੱਚ ਸੋਟੀ ਹੈ ਨਾ। ਜਿਵੇਂ ਅਸੀਂ ਆਖਿਆ ਸੋਨੇ ਦੀ ਇੱਟ ਪਾਈ ਆ, ਰੱਬ ਤੈਨੂੰ ਕਲਮ ਦਿੱਤੀ ਹੈ ਤੇ ਜ਼ੁਲਮ ਦਾ ਲਿਖ ਪਾਇਆ। ਹਾਏ ਹੁਣ ਤੁਸੀਂ ਵੀ ਇੱਕ ਇਦਾਂ ਦਾ ਸੁਣਾ ਦਿਓ। ਸਾਰੀ ਸਰਮਾਇਆ ਤਰਸਾ ਨਾਲ ਨਾ ਕਹੋ ਕਿ ਮੈਂ ਉੱਠ ਕੇ ਗੱਦੇ ਦੀ ਉਖਰਾਣੀ ਹੈ ਤੇ ਜਾ ਸਾਰੀ ਸਰਮਾਇਆ ਸਾਰੀ ਸਰਮਾਇਆ ਮੇਰੇ ਤੇ ਵੈਂਦਾ ਪਿਆ ਹੈ ਲੋਕ ਕੱਢੀਆਂ ਲਈ ਕੱਢੀਆਂ ਇੱਥੇ ਫੇਰ ਵੀ ਪਾਪ ਪਾਪ ਨਹੀਂ ਹੈਗੀ ਇਹ ਪਾਪ ਬਣਾਣਾ ਭਾਈ ਪਾਪ ਬਣਾ ਜ਼ਰਾ ਛੱਡ ਕੇ ਦਿਖਾ ਐ